ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਅਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ। ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ। ਸਤ ਸੰਗਤ, ਘਰੋਂ ਜਦੋਂ ਵੀ ਬਾਹਰ ਨਿਕਲੀਏ ਤੇ 17 ਵਾਰ ਇਹਨਾਂ ਪੰਗਤੀਆਂ ਦਾ ਜਾਪ ਕਰਨਾ ਹੈ। ਸਤਿਗੁਰੂ ਜੀ ਕਿਰਪਾ ਕਰ ਦੇਣਗੇ, ਪਾਤਸ਼ਾਹ ਜੀ ਰਹਿਮਤ ਕਰ ਦੇਣਗੇ। ਆਪਾਂ ਬੇਨਤੀਆਂ ਇਸ ਵਿਸ਼ੇ 'ਤੇ ਸਾਂਝੀਆਂ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰ ਦੇਣ। ਪਹਿਲਾਂ ਫਤਿਹ ਬੁਲਾਓ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਭਨਾਂ 'ਤੇ ਵਰਤਦੀ ਹੈ ਅਤੇ ਉਹ ਕਦੇ ਵੀ ਕਿਸੇ ਨਾਲ ਦਰੈਂਤ ਨਹੀਂ ਕਰਦੇ। ਇਸੇ ਕਰਕੇ ਉਹ ਸੱਚੇ ਪਾਤਸ਼ਾਹ ਨੇ, ਇਸੇ ਕਰਕੇ ਉਹ ਸੱਚੇ ਮਾਲਕ ਨੇ। ਪਿਆਰਿਓ, ਕਦੇ ਮੇਰੇ ਪਾਤਸ਼ਾਹ ਕਿਸੇ ਨਾਲ ਊਣਤਾਈ ਨਹੀਂ ਕਰਦੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਸੱਚੇ ਮਾਲਕ ਕਹਿੰਦੇ ਆ, ਸੱਚੇ ਪਾਤਸ਼ਾਹ ਆਖਦੇ ਆ। ਪਿਆਰਿਓ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਸਭਨਾਂ 'ਤੇ ਵਰਤਦੀ ਹੈ, ਇੱਕ ਸਾਰ ਵਰਤਦੀ ਹੈ। ਪਿਆਰਿਓ, ਕਦੇ ਵੀ ਮੇਰੇ ਸਤਿਗੁਰੂ ਜੀ ਕਿਸੇ ਨੂੰ ਬਖਸ਼ਿਸ਼ ਤੋਂ ਵਾਂਝਾ ਨਹੀਂ ਰੱਖਦੇ, ਕਦੇ ਵੀ ਕਿਸੇ ਨੂੰ ਬਖਸ਼ਿਸ਼ ਤੋਂ ਵਾਂਝਾ ਨਹੀਂ ਕਰਦੇ। ਪਿਆਰਿਓ, ਆਪਾਂ ਇਹ ਬੇਨਤੀਆਂ ਨੂੰ ਇਸ ਕਰਕੇ ਸਮਝਣਾ ਹੈ ਕਿ ਪਰਮਾਤਮਾ ਸਦਾ ਚੇਤੇ ਆਏ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਚੇਤੇ ਆਉਣ ਅਤੇ ਪਿਆਰਿਓ ਆਪਾਂ ਉਹਦੀ ਰਜ਼ਾ ਦੇ ਵਿੱਚ ਰਹਿ ਸਕੀਏ। ਵੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਗੱਲ ਹਮੇਸ਼ਾ ਆਖਦੇ ਨੇ, ਮੇਰੇ ਪਾਤਸ਼ਾਹ ਹਮੇਸ਼ਾ ਕਹਿੰਦੇ ਨੇ, ਰਾਮ ਨਾਮ ਬਿਨ ਬਾਜੀ ਹਾਰੀ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸਭਨਾਂ ਨੇ ਬਾਜੀ ਹਾਰ ਲਈ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਹਰ ਇੱਕ ਨੇ ਬਾਜੀ ਹਾਰੀ। ਪਿਆਰਿਓ, ਸਾਰੇ ਜਿੰਨੇ ਵੀ ਆਏ ਦੁਨੀਆਂ ਦੇ ਵਿੱਚ ਆਪੋ ਆਪਣੇ ਨਾਮ ਦਾ ਡੰਕਾ ਵਜਾ ਕੇ ਤੁਰ ਗਏ, ਆਪੋ ਆਪਣੇ ਨਾਮ ਦੀ ਸ਼ੈਲਜ਼ਾ ਵਜਾ ਕੇ ਤੁਰ ਗਏ, ਪਰ ਪਿਆਰਿਓ ਕਦੇ ਵੀ ਉਹਨਾਂ ਦਾ ਜੋ ਆਪਾਂ ਜ਼ਿਕਰ ਕਹੀਏ ਦੁਨੀਆਂ ਦੇ ਵਿੱਚ ਸਮੇਂ ਸਮੇਂ ਨਾਲ ਹੋਇਆ ਅਤੇ ਦੁਨੀਆਂ ਉਹਨਾਂ ਨੂੰ ਵੀ ਭੁੱਲ ਗਈ। ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਪਾਈ ਅਤੇ ਸਤਿਗੁਰੂ ਦੇ ਨਾਮ ਦੇ ਨਾਲ ਆਪਣੀ ਜੀਵਨ ਸਾਂਝ ਬਣਾਈ ਅਤੇ ਪਿਆਰਿਓ ਸਤਿਗੁਰੂ ਨੇ ਕਿਰਪਾ ਕੀਤੀ, ਮੇਰੇ ਪਾਤਸ਼ਾਹ ਨੇ ਕਿਰਪਾ ਕੀਤੀ, ਪਿਆਰਿਓ ਉਹ ਜਿਹੜੇ ਨੇ ਉਹ ਦੁਨੀਆਂ 'ਤੇ ਆਪਣੇ ਨਾਮ ਦੀ ਛਾਪ ਛੱਡ ਗਏ, ਉਹ ਦੁਨੀਆਂ 'ਤੇ ਆਪਣੇ ਨਾਮ ਦਾ ਜਿਹੜਾ ਹੈ ਉਹ ਡੰਕਾ ਵਜਾ ਗਏ, ਕਿਉਂਕਿ ਪਰਮਾਤਮਾ ਨੂੰ ਉਹਨਾਂ ਨੇ ਜਪਿਆ ਅਤੇ ਉਹਨਾਂ ਦਾ ਨਾਮ ਦੁਨੀਆਂ ਜਾਣਨ ਲੱਗ ਗਈ ਵੀ ਹਾਂ ਕੋਈ ਐਸਾ ਸੀ ਜਿਹਨੇ ਪਰਮਾਤਮਾ ਦਾ ਨਾਮ ਲਿਆ, ਜਿਹਨੇ ਸਤਿਗੁਰੂ ਦਾ ਨਾਮ ਲਿਆ। ਸਾਧ ਸੰਗਤ, ਇੱਕ ਗੱਲ ਹਮੇਸ਼ਾ ਯਾਦ ਰੱਖੀਏ, ਰਾਮ ਨਾਮ ਬਿਨ ਬਾਜੀ ਹਾਰੀ। ਸਤਿਗੁਰੂ ਦੇ ਨਾਮ ਤੋਂ ਬਿਨਾਂ ਹਰ ਇੱਕ ਨੇ ਬਾਜੀ ਹਾਰੀ ਅਤੇ ਪਿਆਰਿਓ ਇਹ ਸੰਸਾਰ ਰੂਪ ਦੇ ਵਿੱਚ ਆਇਆ ਸੀ ਅਤੇ ਚੱਲਿਆ ਗਿਆ, ਕੋਈ ਫਾਇਦਾ ਨਹੀਂ ਹੋਇਆ। ਅਤੇ ਸਤਿਗੁਰ ਨੇ ਇਹ ਵੀ ਕਿਹਾ ਕਿ ਯਾਦ ਰੱਖੀ, ਜਿਸ ਨੀਚ ਕੋਈ ਨਾ ਜਾਣੈ
ਨਾਮ ਜਪਤ ਉਹ ਚੌ ਕੁੰਟ ਮਨ ਹੈ। ਸਤਿਗੁਰੂ ਕਹਿੰਦੇ ਨੇ ਨਾਮ ਜਪਿਆ ਜਿਹਨੇ ਉਹਨੂੰ ਚਾਰ ਕੁੰਟਾਂ ਦੇ ਵਿੱਚ ਜਿਹੜੀ ਹੈ ਸਤਿਗੁਰ ਨੇ ਵਡਿਆਈ ਦੇਤੀ, ਮੇਰੇ ਪਾਤਸ਼ਾਹ ਨੇ ਵਡਿਆਈ ਦੇਤੀ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਵਡਿਆਈ ਦੇਤੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਅਤੇ ਪਿਆਰਿਓ ਉਹਨੂੰ ਵਡਿਆਈ ਦੇ ਨਾਲ ਨਿਵਾਜਿਆ ਹੈ। ਪਿਆਰਿਓ ਜਦੋਂ ਵੀ ਘਰ ਤੋਂ ਬਾਹਰ ਨਿਕਲੀਏ ਨਾ ਤਾਂ ਯਾਦ ਰੱਖੀਏ ਇਹਨਾਂ ਪੰਗਤੀਆਂ ਨੂੰ ਕਿ ਰਾਮ ਨਾਮ ਬਿਨ ਬਾਜੀ ਹਾਰੀ, ਔਰ ਦੂਜੀ ਪੰਗਤੀ ਮਾਰਗ ਚਲਤ ਹਰੇ ਹਰ ਗਾਈਐ, ਔਰ ਤੀਜੀ ਗੱਲ ਜਿਉਂ ਮੰਦਰ ਕੋ ਥੰਮੈ ਥੰਮਨ ਤਿਉਂ ਗੁਰ ਕਾ ਸ਼ਬਦ ਮਨੈ ਅਸ ਥੰਮਨ। ਇਹਨਾਂ ਤਿੰਨ ਪੰਗਤੀਆਂ ਨੂੰ ਯਾਦ ਰੱਖਿਆ ਜੇ ਕਿ ਸਤਿਗੁਰੂ ਦੇ ਨਾਮ ਤੋਂ ਬਿਨਾਂ ਬਾਜੀ ਹਾਰੀ ਅਤੇ ਪਿਆਰਿਓ ਮਾਰਗ ਚਲਤ ਹਰੇ ਹਰ ਗਾਈਐ, ਪਰਮਾਤਮਾ ਦਾ ਨਾਮ ਲੈਣਾ ਅਤੇ ਆਪਣੇ ਮਾਰਗ ਆਪਣੇ ਕੰਮ ਕਰਦੇ ਹੋਏ ਆਪਣੇ ਰਸਤੇ 'ਤੇ ਜਾਂਦੇ ਹੋਏ ਉਹ ਸਤਿਗੁਰੂ ਦਾ ਨਾਮ ਲੈਂਦਾ ਜਾ ਪਿਆਰਿਆ, ਉਹ ਸਤਿਗੁਰੂ ਦਾ ਨਾਮ ਲੈਂਦਾ ਜਾ, ਉਹ ਪਾਤਸ਼ਾਹ ਦਾ ਨਾਮ ਲੈਂਦਾ ਜਾ, ਤੇਰਾ ਮਾਰਗ ਵੀ ਸਫਲਾ ਹੋ ਜਾਏਗਾ, ਤੇਰਾ ਜਿਹੜਾ ਮਾਰਗ 'ਤੇ ਤੁਰਿਆ ਹੋਇਆ ਵੀ ਸਫਲਾ ਹੋ ਜਾਏਗਾ। ਇਹ ਗੱਲ ਯਾਦ ਰੱਖੀ, ਉਹ ਤੇਰਾ ਮਾਰਗ ਸਫਲਾ ਹੋ ਜਾਏਗਾ। ਹੁਣ ਅਗਲੀ ਗੱਲ, ਤੀਜੀ ਗੱਲ, ਜਿਉਂ ਮੰਦਰ ਕੋ ਥੰਮੈ ਥੰਮਨ ਤਿਉਂ ਗੁਰ ਕਾ ਸ਼ਬਦ ਮਨੈ ਅਸ ਥੰਮਨ। ਪਾਤਸ਼ਾਹ ਕਹਿੰਦੇ ਨੇ ਜਿਵੇਂ ਸਤਿਗੁਰੂ ਦੇ ਨਾਮ ਨੇ ਇਸ ਮਨ ਨੂੰ ਥੰਮ ਲਿਆ। ਯਾਦ ਰੱਖੀ ਵੀ ਜਿਸ ਤਰ੍ਹਾਂ ਵੱਡੇ ਵੱਡੇ ਬਿਲਡਿੰਗਾਂ ਨੂੰ ਥੰਮਲੇ ਜਿਹੜੇ ਨੇ ਉਹ ਰੋਕ ਲਗਾ ਦਿੰਦੇ ਨੇ, ਥੰਮਲੇ ਥੰਮ ਦਿੰਦੇ ਨੇ, ਅਤੇ ਪਿਆਰਿਆ ਇਹ ਗੱਲ ਯਾਦ ਰੱਖੀ, ਪਿਆਰਿਆ ਇਹ ਗੱਲ ਹਮੇਸ਼ਾ ਯਾਦ ਰੱਖੀ ਕਿ ਤੇਰੇ ਮਨ ਨੂੰ, ਤੇਰੇ ਇਸ ਭਟਕਦੇ ਹੋਏ ਮਨ ਨੂੰ ਜਿਹੜਾ ਹੈ ਗੁਰੂ ਦੇ ਸ਼ਬਦ ਰੂਪ ਥੰਮ ਦੀ ਜ਼ਰੂਰਤ ਹੈ। ਜਿੱਦਣ ਉਹ ਸੱਚਾ ਥੰਮ ਮਿਲ ਗਿਆ ਉਦਣ ਤੇਰਾ ਭਟਕਣਾ ਵੀ ਜਿਹੜਾ ਹੈ ਉਹ ਬੰਦ ਹੋ ਜਾਏਗਾ, ਤੇਰਾ ਭਟਕਣਾ ਸੱਚਮੁੱਚ ਬੰਦ ਹੋ ਜਾਏਗਾ। ਸਤਿਗੁਰੂ ਐਸੀ ਕਿਰਪਾ ਕਰਨਗੇ, ਪਾਤਸ਼ਾਹ ਐਸੀ ਕਿਰਪਾ ਕਰਨਗੇ, ਸਤਿਗੁਰ ਨੇ ਐਸੀ ਰਹਿਮਤ ਕਰ ਦੇਣੀ ਹੈ। ਪਿਆਰਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਐਸੀ ਕਿਰਪਾ ਕਰਨਗੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਏਗੀ, ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰ ਦੇਣੀ ਹੈ। ਅਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਸਤਿਗੁਰੂ ਨੇ ਉਦਣ ਕਿਰਪਾ ਕਰਨੀ ਹੈ ਜਿੱਦਣ ਆਪਾਂ ਉਹਦੇ ਸਿਧਾਂਤ ਨੂੰ ਸਮਝ ਲਿਆ। ਜਦੋਂ ਵੀ ਘਰ ਤੋਂ ਬਾਹਰ ਨਿਕਲੀਏ ਅਤੇ ਗੁਰੂ ਨੂੰ ਯਾਦ ਕਰੀਏ, ਘਰੇ ਆਈਏ ਅਤੇ ਸਤਿਗੁਰ ਨੂੰ ਯਾਦ ਕਰੀਏ। ਪਿਆਰਿਓ ਇੱਕ ਪਰਿਵਾਰ ਮੈਂ ਅਜਿਹਾ ਵੇਖਿਆ ਜਿਨ੍ਹਾਂ ਨੇ ਆਪਣੇ ਘਰ ਦੇ ਮੇਨ ਗੇਟ ਦੇ ਅੰਦਰ ਜਿੱਥੋਂ ਆਪਾਂ ਐਂਟਰ ਹੁੰਦੇ ਹਾਂ ਉੱਥੇ ਮੂਲ ਮੰਤਰ ਲਿਖਿਆ ਹੋਇਆ ਲਾਇਆ ਹੋਇਆ। ਕਹਿੰਦੇ ਵੀ ਜਦੋਂ ਘਰ ਤੋਂ ਬਾਹਰ ਨਿਕਲਦੇ ਹਾਂ ਤਾਂ ਯਾਦ ਆ ਜਾਂਦਾ ਵੀ ਸਤਿਗੁਰੂ ਸਾਹਮਣੇ ਮੂਲ ਮੰਤਰ, ਅਤੇ ਮੂਲ ਮੰਤਰ ਦਾ ਕਹਿੰਦੇ ਜਾਪ ਕਰ ਲਈਦਾ। ਘਰੇ ਆਉਂਦੇ ਹਾਂ ਅਤੇ ਮੂਲ ਮੰਤਰ ਦਾ ਜਾਪ ਕਰ ਲਈਦਾ, ਬਾਹਰੇ ਜਾਂਦੇ ਹਾਂ ਕਹਿੰਦੇ ਗਲਤ ਮਨ 'ਚ ਹੁੰਦੀ ਹੈ ਘਰੇ ਜਾਣਾ ਮੂਲ ਮੰਤਰ ਸਾਹਿਬ ਦਾ ਜਾਪ, ਮੈਂ ਘਰੋਂ ਨਿਕਲਿਆ ਮੂਲ ਮੰਤਰ ਦਾ ਸਾਹਿਬ ਦਾ ਜਾਪ ਕਰਕੇ ਨਿਕਲਿਆ, ਅਤੇ ਮਨ ਦੇ ਵਿੱਚ ਨਾ ਲੋਰ ਹੀ ਹੋਰ ਹੁੰਦੀ ਹੈ। ਭਾਵ ਕਿ ਗੁਰੂ ਦਾ ਚੇਤਾ ਰਹਿੰਦਾ, ਸਤਿਗੁਰੂ ਦਾ ਚੇਤਾ ਰਹਿੰਦਾ, ਪਾਤਸ਼ਾਹ ਦਾ ਚੇਤਾ ਰਹਿੰਦਾ ਹੈ। ਸਾਧ ਸੰਗਤ ਜਿੱਥੇ ਗੁਰੂ ਦਾ ਚੇਤਾ ਹੈ, ਜਿੱਥੇ ਪਾਤਸ਼ਾਹ ਦਾ ਚੇਤਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਚੇਤਾ ਹੈ। ਅਤੇ ਪਿਆਰਿਓ ਇਹ ਗੱਲ ਯਾਦ ਰੱਖਿਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ, ਐਸੀ ਰਹਿਮਤ ਕੀਤੀ, ਪਿਆਰਿਓ ਗੁਰੂ ਦੀ ਬਖਸ਼ਿਸ਼ ਹੋਈ। ਅਤੇ ਪਿਆਰਿਓ ਉਹ ਲੋਕ ਜਿਹੜੇ ਆਪਣੇ ਆਪ ਨੂੰ ਨੀਵਾਂ ਸਮਝਦੇ ਸੀ, ਜਿਨ੍ਹਾਂ ਨੂੰ ਇਹ ਸੰਸਾਰ ਨੇ, ਇਹ ਲੋਕ ਭਲਾਈ ਨੇ ਸਤਿਕਾਰ ਨਹੀਂ ਦਿੱਤਾ, ਪਿਆਰਿਓ ਸਤਿਗੁਰੂ ਨੇ ਕਿਰਪਾ ਕੀਤੀ, ਉਹਨਾਂ ਲੋਕਾਂ ਨੂੰ ਵੀ ਸਤਿਕਾਰ ਦਵਾ ਦਿੱਤਾ।
ਭਗਤ ਸਾਹਿਬਾਨਾਂ ਦਾ ਜੀਵਨ ਪੜਿਓ ਪਿਆਰਿਓ, ਭਗਤ ਸਾਹਿਬਾਨਾਂ ਨੂੰ ਸਤਿਕਾਰ ਮਿਲਿਆ ਕਾਹਦੇ ਕਰਕੇ, ਉਹਨਾਂ ਨੇ ਅਕਾਲ ਪੁਰਖ ਨੂੰ ਚੁਣਿਆ ਅਤੇ ਸਤਿਕਾਰ ਫਿਰ ਗੁਰੂ ਨੇ ਉਹਨਾਂ ਦਾ ਕਰਵਾਇਆ। ਇਸ ਕਰਕੇ ਹਰ ਕੰਮ 'ਚ ਫਤਿਹ ਹੋਵੇਗੀ। ਜਦ ਵੀ ਘਰੋਂ ਨਿਕਲੀਏ ਸਤਿਗੁਰ ਨੂੰ ਯਾਦ ਰੱਖੀਏ, ਪਾਤਸ਼ਾਹ ਨੂੰ ਯਾਦ ਰੱਖੀਏ, ਸਤਿਗੁਰੂ ਜੀ ਆਪ ਹੀ ਕਿਰਪਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।